ਆ ਜਲੰਧਰ ਦੀ ਕਲੈਕਸ਼ਨ ਆਈ ਹੈ ਜਲੰਧਰ ਬੈਸ ਤੋਂ, ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ, ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਹਾਂ, ਮੁੱਖ ਮੰਤਰੀ ਵੀ ਹਾਂ, ਅਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂੰਗਾ ਕਿ ਆਹ ਮੈਂ ਕੰਮ ਕਰਤੇ, ਆਹ ਮੈਂ ਕਰਨੇ ਨੇ, ਸ਼ਕਤੀ ਹੋਰ ਦਿਓ, ਤੁਹਾਡੇ ਹਲਕੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰੀਏ, ਹੋਰ ਜ਼ਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਹੈ ਤਰੱਕੀ ਕਰੀਏ, ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ, ਚੰਗੇ ਬੰਦੇ ਉੱਥੇ ਭੇਜੋ, ਉੱਥੇ ਮਿੱਟੀ ਦੇ ਮਾਧੋ ਨਾ ਭੇਜ ਦਿਆ ਕਰੋ, ਐਵੇਂ ਬੋਲਣ ਵਾਲੇ ਬੰਦੇ ਭੇਜ ਬਾ ਦੇਖੋ ਚੱਬੇਵਾਲ ਸਾਹਿਬ ਨੇ ਉੱਥੇ, ਮੈਂ ਸ਼ਰਤ ਲਾਉਣਾ ਬਾਕੀ ਪਾਸਵਰਡ ਥੋੜ੍ਹੇ ਜਿਹੇ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ, ਇਹਨਾਂ ਤਿੰਨਾਂ ਨੇ ਉੱਥੇ ਵੱਟ ਕੱਢ ਦੇਣੇ, ਤਿੰਨ ਜਾਣੇ ਨੇ ਜਿਹੜੇ, ਇੱਕ ਅਨੰਦਪੁਰ ਸਾਹਿਬ ਤੋਂ, ਇੱਕ ਸੰਗਰੂਰ ਤੋਂ, ਇੱਕ ਚੱਬੇਵਾਲ ਸਾਹਿਬ, ਸਰਪੰਚੀ ਤੋਂ ਉੱਠੇ ਨੇ, ਗਰੀਬੀ 'ਚੋਂ ਉੱਠੇ ਨੇ, ਉੱਥੇ ਪਤਾ ਸਾਰਾ ਪਤਾ ਕਿ ਕੀ ਹੁੰਦਾ, ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ, ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ। ਸੋ ਪਾਰਟੀ ਵੱਲੋਂ ਮੇਰਾ ਹੁਕਮ ਲੱਗਿਆ, ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ 'ਚ ਅਸੀਂ, ਤੁਹਾਡੀ ਅਗਵਾਈ 'ਚ ਅਸੀਂ ਜਲੰਧਰ ਲੜਨੀ ਹੈ, ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਸਾਨੂੰ ਐਡਰੈਸ ਦੇ ਦਿਓ, ਤੁਸੀਂ ਕਹਿ ਦਿਓ, ਚੰਗੇ ਵਾਸਤੇ ਕਹਿੰਦੇ ਹਾਂ, ਚੰਗੇ ਲੱਗਦੇ ਹਾਂ, ਕੰਮ ਚੰਗੇ ਲੱਗਿਆ ਵੋਟ ਪਾ ਦਿਓ, ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਛ ਹੈ, ਇਹ ਤਾਂ ਚੰਗੇ ਨਹੀਂ ਹੈਗੇ, ਵੋਟ ਨਾ ਪਾਏ, ਕੋਈ ਗੱਲ ਨਹੀਂ, ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ, ਹਾਰਨਾ ਜਿਤਨਾ ਚੱਲਦਾ ਰਹਿੰਦਾ, ਪਰ ਘੱਟੋ ਘੱਟ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਆਉਣਾ ਚਾਹੀਦਾ, ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸੋ ਸੱਚੀ ਨੀਅਤ ਨਾਲ ਮੈਂ ਜਾਊਂਗਾ ਉੱਥੇ, ਮੈਂ ਅੱਜ ਹੀ ਚੱਲਿਆ, ਘਰ ਲੈ ਲੈਣਾ ਮੈਂ ਰੈਂਟ 'ਤੇ ਉੱਥੇ, ਕਿਰਾਏ 'ਤੇ, ਸੰਗਰੂਰ ਵੀ ਕਿਰਾਏ 'ਤੇ ਚੱਲ ਰਿਹਾ, ਕਿਰਾਏ 'ਤੇ ਲੈਣਾ ਕੀ ਔਖਾ ਹੈ, ਕਿਰਾਏ 'ਤੇ ਘਰ ਲੈਣਾ, ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ, ਫਿਰ ਉੱਥੇ ਹੀ ਰਹਿ, ਉਹ ਘਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਅਤੇ ਦੁਆਬੇ ਦਾ ਆਫਿਸ ਬਣ ਜੂਗਾ, ਮੈਂ ਆ ਕੇ ਉੱਥੇ ਰਿਹਾ ਕਰੂੰਗਾ, ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ, ਜਲੰਧਰ ਆ ਜਾਓ, ਆਹ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ। ਆ ਜਲੰਧਰ ਦੀ ਇੱਕ ਇਲੈਕਸ਼ਨ ਆਈ ਹੈ ਜਲੰਧਰ ਬੈਸ ਤੋਂ, ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ, ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਹਾਂ, ਮੁੱਖ ਮੰਤਰੀ ਵੀ ਹਾਂ, ਅਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂੰਗਾ ਕਿ ਆਹ ਮੈਂ ਕੰਮ ਕਰਤੇ, ਆਹ ਮੈਂ ਕਰਨੇ ਨੇ, ਸ਼ਕਤੀ ਹੋਰ ਦਿਓ, ਤੁਹਾਡੇ ਹਲਕੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰੀਏ, ਹੋਰ ਜ਼ਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਹੈ ਤਰੱਕੀ ਕਰੀਏ, ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ, ਚੰਗੇ ਬੰਦੇ ਉੱਥੇ ਭੇਜੋ, ਉੱਥੇ ਮਿੱਟੀ ਦੇ ਮਾਧੋ ਨਾ ਭੇਜ ਦਿਆ ਕਰੋ, ਐਵੇਂ ਬੋਲਣ ਵਾਲੇ ਬੰਦੇ ਭੇਜ ਬਾ ਦੇਖੋ ਚੱਬੇਵਾਲ ਸਾਹਿਬ ਨੇ ਉੱਥੇ, ਮੈਨੂੰ ਸ਼ਰਤ ਲਾਉਣਾ ਬਾਕੀ ਪਾਸਵਰਡ ਥੋੜ੍ਹੇ ਜਿਹੇ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ, ਇਹਨਾਂ ਤਿੰਨਾਂ ਨੇ ਉੱਥੇ ਵੱਟ ਕੱਢ ਦੇਣੇ, 3 ਜਾਣੇ ਨੇ ਜਿਹੜੇ, ਇੱਕ ਅਨੰਦਪੁਰ ਸਾਹਿਬ ਤੋਂ, ਇੱਕ ਸੰਗਰੂਰ ਤੋਂ, ਇੱਕ ਚੱਬੇਵਾਲ ਸਾਹਿਬ, ਸਰਪੰਚੀ ਤੋਂ ਉੱਠੇ ਨੇ, ਗਰੀਬੀ 'ਚੋਂ ਉੱਠੇ ਨੇ, ਉੱਥੇ ਪਤਾ ਸਾਰਾ ਪਤਾ ਕਿ ਕੀ ਹੁੰਦਾ, ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ, ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ। ਸੋ ਪਾਰਟੀ ਵੱਲੋਂ ਮੇਰਾ ਹੁਕਮ ਲੱਗਿਆ, ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ 'ਚ ਅਸੀਂ, ਤੁਹਾਡੀ ਅਗਵਾਈ 'ਚ ਅਸੀਂ ਜਲੰਧਰ ਲੜਨੀ ਹੈ, ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਸਾਨੂੰ ਐਡਰੈਸ ਦੇ ਦਿਓ, ਤੁਸੀਂ ਕਹਿ ਦਿਓ, ਚੰਗੇ ਵਾਸਤੇ ਕਹਿੰਦੇ ਹਾਂ, ਚੰਗੇ ਲੱਗਦੇ ਹਾਂ, ਕੰਮ ਚੰਗੇ ਲੱਗਿਆ ਵੋਟ ਪਾ ਦਿਓ, ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਛ ਹੈ, ਇਹ ਤਾਂ ਚੰਗੇ ਨਹੀਂ ਹੈਗੇ, ਵੋਟ ਨਾ ਪਾਏ, ਕੋਈ ਗੱਲ ਨਹੀਂ, ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ, ਹਾਰਨਾ ਜਿਤਨਾ ਚੱਲਦਾ ਰਹਿੰਦਾ, ਪਰ ਘੱਟੋ ਘੱਟ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਆਉਣਾ ਚਾਹੀਦਾ, ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸੋ ਸੱਚੀ ਨੀਅਤ ਨਾਲ ਮੈਂ ਜਾਊਂਗਾ ਉੱਥੇ, ਮੈਂ ਅੱਜ ਹੀ ਚੱਲਿਆ, ਘਰ ਲੈ ਲੈਣਾ ਮੈਂ ਰੈਂਟ 'ਤੇ ਉੱਥੇ, ਕਿਰਾਏ 'ਤੇ, ਸੰਗਰੂਰ ਵੀ ਕਿਰਾਏ 'ਤੇ ਚੱਲ ਰਿਹਾ, ਕਿਰਾਏ 'ਤੇ ਲੈਣਾ ਕੀ ਔਖਾ ਹੈ, ਕਿਰਾਏ 'ਤੇ ਘਰ ਲੈਣਾ, ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ, ਫਿਰ ਉੱਥੇ ਹੀ ਰਹਿ, ਉਹ ਘਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਅਤੇ ਦੁਆਬੇ ਦਾ ਆਫਿਸ ਬਣ ਜੂਗਾ, ਮੈਂ ਆ ਕੇ ਉੱਥੇ ਰਿਹਾ ਕਰੂੰਗਾ, ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ, ਜਲੰਧਰ ਆ ਜਾਓ, ਆਹ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ।